ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਢੱਲਾ ਕੈਨੇਡਾ ਦੇ ਵਿੱਚ ਜਿਹੜੇ ਵਿਦਿਆਰਥੀ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਅੱਗੇ ਇੱਕ ਨਵਾਂ ਸੰਕਟ ਖੜਾ ਹੋ ਗਿਆ ਹਾਲਾਂਕਿ ਟਰੈਵਲ ਸ਼ੁਰੂ ਹੋ ਗਿਆ ਐਡਮਿਸ਼ਨਸ ਵੀ ਮਿਲ ਰਹੀਆਂ ਨਹੀਂ ਪਰ ਆਫਰ ਲੈਟਰਸ ਬਹੁਤ ਦੇਰੀ ਦੇ ਨਾਲ ਮਿਲ ਰਹੀਆਂ ਨਹੀਂ ਔਰ ਕਿਸੇ ਵੀ ਕਾਲਜ ਯੂਨੀਵਰਸਿਟੀ ਦੇ ਵਿੱਚ ਅਗਰ ਸਟੂਡੈਂਟ ਹੁਣ ਆਫਰ ਲੈਟਰ ਚਾਹ ਰਹੇ ਨੇ ਤੇ ਬਹੁਤ ਜ਼ਿਆਦਾ ਵੇਟਿੰਗ ਹੈ ਲਗਾਤਾਰ ਜਸਮੀਤ ਜੀ ਪਹਿਲਾਂ ਵਿਦਿਆਰਥੀਆਂ ਨੂੰ ਕਹਿੰਦੇ ਰਹੇ ਨੇ ਕਿ ਸਾਨੂੰ ਟਾਈਮ ਤੇ ਆਫਰ ਲੈਟਰ ਲੈਣੀ ਚਾਹੀਦੀ ਹੈ ਹੁਣ ਭਾਵੇਂ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ 2 ਮਹੀਨੇ ਹੋਰ ਜਨੂਅਰੀ ਇਨਟੇਕ ਦੇ ਲਈ ਅਪਲਾਈ ਕੀਤਾ ਜਾਣਾ ਪਰ ਕ੍ਰਾਈਸਿਸ ਆਫਰ ਲੈਟਰ ਦਾ ਕਿਤੇ ਨਾ ਕਿਤੇ ਹੁਣ ਅੱਜ ਜਸਮੀਤ ਜੀ ਤੋਂ ਪੂਰੀ ਕਲੈਰਿਟੀ ਲਵਾਂਗੇ ਕਿ ਕੀ ਸੱਚਮੁੱਚ ਵਿਦਿਆਰਥੀਆਂ ਨੂੰ 2-2 3-3 ਜਗ੍ਹਾ ਆਫਰ ਲੈਟਰ ਅਪਲਾਈ ਕਰਨੀ ਪੈਣੀ ਹੈ ਤਾਂ ਉਹਨਾਂ ਦੀ ਚੁਆਇਸ ਦੇ ਜਗ੍ਹਾ ਤੋਂ ਆਫਰ ਲੈਟਰ ਦੇ ਚਾਂਸ ਵਧਣਗੇ ਜਾਂ ਇੱਕ ਕਾਲਜ ਆਫਰ ਲੈਟਰ ਅਪਲਾਈ ਕਰਕੇ ਵੀ ਹੁਣ ਵਿਦਿਆਰਥੀ ਆਸਾਨੀ ਨਾਲ ਅੱਗੇ ਵਧ ਸਕੂਗਾ ਇਹ ਸਾਰੇ ਬੜੇ ਅਹਿਮ ਵਿਸ਼ੇ ਨੇ ਜਿਨ੍ਹਾਂ ਤੇ ਗੱਲ ਕਰਾਂਗੇ ਜਸਮੀਤ ਜੀ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਤਸਾਲ ਸਸ ਸੇਕਾ ਥੈਂਕ ਯੂ ਸੋ ਮੱਚ ਜਸਮੀਤ ਜੀ ਕੀ ਲੱਗਦਾ ਬਹੁਤ ਜ਼ਿਆਦਾ ਵਿਦਿਆਰਥੀਆਂ ਦੇ ਵਿੱਚ ਵੀ ਇੱਕ ਚਿੰਤਾ ਵਾਲਾ ਮਾਹੌਲ ਹੈ ਆਫਰ ਲੈਟਰਸ ਨਹੀਂ ਆ ਰਹੀਆਂ ਸਿਚੁਏਸ਼ਨ ਕੀ ਹੈ ਕਰੰਟ ਸੋ ਕਰੰਟ ਸਿਚੁਏਸ਼ਨ ਇਦਾਂ ਹੈ ਕਿ ਸਰਕਾਰੀ ਕਾਲਜਾਂ ਦੇ ਅੰਦਰ ਆਫਰ ਲੈਟਰਸ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਡੈਫਰਮੈਂਟ ਬਹੁਤ ਜ਼ਿਆਦਾ ਹੋ ਗਈ ਕਿਉਂਕਿ ਕਾਫੀ ਸਾਰੇ ਵੀਜ਼ਾ ਰਿਜ਼ਲਟ ਨਹੀਂ ਹੋਏ ਤਾਂ ਬਹੁਤ ਸਾਰੇ ਬੱਚਿਆਂ ਨੇ ਡੈਫਰਮੈਂਟ ਲੈ ਲਈ ਸੋ ਡੈਫਰ ਦੇ ਨਾਲ ਕਾਫੀ ਸੀਟਾਂ ਆਉਣ ਵਾਲੇ ਇਨਟੇਕਸ ਦੀਆਂ ਭਰ ਗਈਆਂ ਜਿਵੇਂ ਕਿ ਜਨਵਰੀ ਔਰ ਮਈ ਚ ਮੋਸਟਲੀ ਸੀਟਾਂ ਡੈਫਰਮੈਂਟ ਦੇ ਨਾਲ ਭਰ ਗਈਆਂ ਸੋ ਬਹੁਤ ਹੀ ਕੱਟ ਸਟੂਡੈਂਟਸ ਜਿਨ੍ਹਾਂ ਨੂੰ ਆਫਰਸ ਮਿਲੀਆਂ ਜਨਵਰੀ ਯਰ ਮਈ ਦੀਆਂ ਔਰ ਕੁਝ ਸਟੂਡੈਂਟ ਸੋਚਦੇ ਰਹਿ ਜਾਂਦੇ ਆ ਜਦੋਂ ਆਫਰ ਆਂਦੀ ਹੈ ਸਰ ਸਟੂਡੈਂਟ ਸੋਚਦੇ ਰਹਿ ਜਾਂਦੇ ਆ ਮੈਂ ਹੁਣ ਫੀਸ ਭੇਵਾ ਕਰਾਉਂਗਾ ਮੈਂ ਅੱਜ ਕਰਾਵਾਂਗਾ ਕੱਲ ਕਰਾਵਾਂਗਾ ਆਫਰ ਲੈਟਰ ਐਕਸਪਾਇਰ ਹੋ ਜਾਂਦੀ ਹੈ ਸੋ ਪਹਿਲੀ ਬੇਨਤੀ ਤਾਂ ਮੇਰੀ ਸਾਰੇ ਸਟੂਡੈਂਟਸ ਨੂੰ ਇਹ ਹੈ ਕਿ ਆਫਰ ਲੈਟਰ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਹੈ ਰਿਫੰਡ ਫੀਸ ਕਿੱਦਾਂ ਹੋਊਗੀ ਤੁਹਾਡੀ ਫੀਸ ਕਿੰਨੀ ਕੱਟੀ ਜਾਊਗੀ ਤੁਸੀਂ ਆਨਲਾਈਨ ਕਲਾਸਾਂ ਲਗਾਉਂਦੇ ਹੋ ਕਿੰਨੀਆਂ ਸ਼ਰਤਾਂ ਉੱਤੇ ਤੁਹਾਡੀ ਫੀਸ ਕਾਲਜ ਰੱਖ ਸਕਦਾ ਹੈ ਔਰ ਜਿਹੜੀ ਤੁਹਾਡੀ ਫੀਸ ਦੀ ਡੈਡਲਾਈਨ ਕਿਹੜੀ ਹੈ ਕਿ ਇੰਨੀ ਤਰੀਕ ਤੱਕ ਜੇ ਤੁਸੀਂ ਫੀਸ ਨਹੀਂ ਜਮ੍ਹਾਂ ਕਰਾਉਂਦੇ ਤਾਂ ਤੁਹਾਡੀ ਆਫਰ ਲੈਟਰ ਐਕਸਪਾਇਰ ਹੋ ਜਾਏਗੀ ਸੋ ਸਟੂਡੈਂਟਸ ਪਹਿਲਾਂ ਤਾਂ ਜਿਹੜੀ ਆਫਰ ਲੈਟਰ ਆਂਦੀ ਓਨ ਤੁਸੀਂ ਬਹੁਤ ਹੀ ਧਿਆਨ ਨਾਲ ਪੜੋ ਔਰ ਉਹਦੀਆਂ ਡੈਡਲਾਈਨਸ ਜ਼ਰੂਰ ਵਾਚ ਕਰੋ ਔਰ ਜਦੋਂ ਅੱਜ ਕੱਲ ਦਾ ਸਮਾਂ ਜਿਹੜਾ ਕਿ ਇੰਨਾ ਮੁਸ਼ਕਲ ਸਮਾਂ ਚੱਲ ਰਿਹਾ ਹੈ ਕਿ ਜਦੋਂ ਆਫਰ ਲੈਟਰਸ ਹੁਣ ਮਈ ਇਨਟੇਕ ਦੀਆਂ ਵੀ ਲੈਣੀਆਂ ਮੁਸ਼ਕਲ ਹੋ ਤਾਂ ਤੁਸੀਂ ਸਪਟੰਬਰ ਇਨਟੇਕ ਦੀਆਂ ਆਫਰ ਲੈਟਰਸ ਅਪਲਾਈ ਕਰ ਰਹੇ ਨੇ ਸਟੂਡੈਂਟਸ ਸੋ ਅੱਜ ਜਨਵਰੀ ਇਨਟੇਕ ਸਟਿਲ देयर आर ਸਮ ਕਾਲਜਿਸ ਅਵੇਲੇਬਲ ਨਾਰਥ ਆਇਲੈਂਡ ਕਾਲਜ ਨਾਰਦਰਨ ਕਾਲਜ ਕੁਝ ਕਾਲਜਿਸ ਅਵੇਲੇਬਲ ਹੈਗੇ ਆਂ ਟਡੇ ਜਨਵਰੀ ਇਨਟੇਕ ਚ ਅਵੇਲੇਬਲ ਹੈਗੇ ਆਂ ਆਊਟਪਟ ਫੇਰ ਵੀ ਜੇ ਤੁਸੀਂ ਉਹਨਾਂ ਵਿੱਚ ਵੀ ਆਫਰ ਲੈਟਰ ਅਪਲਾਈ ਕਰ ਰਹੇ ਹੋ ਤਾਂ 2-3 ਆਪਸ਼ਨਸ ਜ਼ਰੂਰ ਰੱਖੋ ਐਂਡ ਸਟੂਡੈਂਟ ਜਿਵੇਂ ਹੁਣ ਅੱਜ ਦੇ ਅਰਥ ਦੇਖਿਆ ਜਾ ਰਿਹਾ ਕਿ ਨਾਇਗਰਾ ਕਾਲਜ ਦੀ ਆਫਰ ਲੈਟਰ ਨੂੰ ਬਹੁਤ ਡਿਲੇ ਹੋ ਗਿਆ ਹੈ ਸੇਂਟ ਕਲੇਰ ਦੀ ਆਫਰ ਲੈਟਰਸ ਵੀ ਬਹੁਤ ਡਿਲੇ ਆ ਰਹੇ ਆ ਕੋਨਸਟੋਗਾ ਦੀ ਆਫਰ ਲੈਟਰਸ ਤੇ ਵੀ ਬਹੁਤ ਡਿਲੇ ਆ ਰਿਹਾ ਹੈ ਔਰ ਉਸ ਤੋਂ ਇਲਾਵਾ ਵੀ ਕਾਫੀ ਸਾਰੇ ਸਰਕਾਰੀ ਕਾਲਜਸ ਸੈਨਿਕਾ ਕਾਲਜ ਲੈਂਪਟਨ ਕਾਲਜ ਲੈਂਪਟਨ ਕਾਲਜ ਬਹੁਤ ਜਲਦੀ ਦੇ ਰਿਹਾ ਬਟ ਮਈ ਇਨਟੇਕ ਲਈ ਵੀ ক্লোਜ਼ ਹੋ ਗਿਆ ਔਰ ਸਪਟੈਂਬਰ ਇਨਟੇਕ ਖੋਲਣ ਦੀ ਗੱਲ ਕਰ ਰਿਹਾ ਲੈਂਪਟਨ ਕਾਲਜ ਲਾਇਲਿਸਟ ਮੇਸੀ ਸਾਗਾ ਵੀ ਕੀ ਕਹਿੰਦੇ ਆ ਮਈ ক্লোਜ਼ ਹੋ ਚੁੱਕੇ ਆ ਲਾਇਲਿਸਟ ਬੈਲਵਿਲ ਜਨਵਰੀ ਲਈ ਓਪਨ ਹੈਗਾ ਸੋ ਇਦਾਂ ਹੀ ਕੁਝ ਕੁਝ ਕਾਲਜਸ ਚ ਸੀਟਸ ਅਵੇਲੇਬਲ ਹੈਗੀਆਂ ਸੋ ਜਲਦ ਤੋਂ ਜਲਦ ਅਪਲਾਈ ਕਰੋ ਬਟ ਦੋ ਤਿੰਨ ਆਪਸ਼ਨਸ ਆਪਣੀਆਂ ਨਾਲ ਲੈ ਕੇ ਚੱਲੋ ਦੋ ਤਿੰਨ অপਸ਼ਨਸ ਨਾਲ ਲੈ ਕੇ ਚੱਲੋ ਵਿਦਿਆਰਥੀ ਤੈ ਕਿਵੇਂ ਕਰੇ ਜਸਮੀਤ ਜੀ ਕਿ ਅਸੀਂ ਕਿਹੜੇ ਕਿਹੜੇ ਕਾਲਜ ਚ ਅਪਲਾਈ ਕਰੀਏ ਹੁਣ ਕਿਉਂਕਿ ਅ ਅਗਰ ਵਿਦਿਆਰਥੀ ਇੱਕ ਪ੍ਰਿਵੈਂਸ ਨੂੰ ਸਿਲੈਕਟ ਕਰਦਾ ਹੈ ਕੀ ਉਹ ਬਾਕੀ ਆਫਰ ਲੈਟਰਸ ਵੀ ਉਸੇ ਪ੍ਰਿਵੈਂਸ 'ਚੋਂ ਲੈ ਸਕਦਾ ਹੈ ਇਹ ਜਿਹੇ ਆਪਸ਼ਨਸ ਹੈਗੀਆਂ ਨੇ ਬਿਲਕੁਲ ਸੀ ਜਿਵੇਂ ਤੁਸੀਂ 온ਟਾਰੀਓ 'ਚ ਜਾਣਾ ਚਾਹੁੰਦੇ ਹੋ ਤਾਂ ਦੋ ਤਿੰਨ ਆਪਸ਼ਨ ਤੁਸੀਂ 온ਟਾਰੀਓ 'ਚ ਲੈ ਸਕਦੇ ਹੋ ਧਰਮ ਕਾਲਜ ਫਲੇਮਿੰਗ ਕਾਲਜ ਨਾਰਦਰਨ ਕਾਲਜ ਪਰ ਜਿਹੜੀ ਵੀ ਆਫਰ ਲੈਟਰ ਪਹਿਲਾਂ ਆ ਜਾਂਦੀ ਹੈ ਉਸ ਕਾਲਜ 'ਚ ਤੁਸੀਂ ਫੀਸ ਜ਼ਰੂਰ ਜਮ੍ਹਾਂ ਕਰਾ ਲਓ ਜੇ ਤੁਸੀਂ ਬੀਸੀ ਜਾਣਾ ਚਾਹੁੰਦੇ ਹੋ ਤਾਂ ਕੈਮਸਨ ਕਾਲਜ ਨਾਰਥ ਆਇਲੈਂਡ ਕਾਲਜ ਯੂਨੀਵਰਸਿਟੀ ਕੈਨੇਡਾ ਵੈਸਟ ਤੁਸੀਂ ਅਪਲਾਈ ਕਰ ਸਕਦੇ ਹੋ ਮੌਂਟਰੀਅਲ ਜਾਣਾ ਚਾਹੁੰਦੇ ਹੋ ਤਾਂ ਟ੍ਰਿਬੈਸ ਲਿਸਾਲ ਕਾਲਜ ਤੁਸੀਂ ਅਪਲਾਈ ਕਰ ਸਕਦੇ ਹੋ ਅਲਬੋਟਾ ਜਾਣਾ ਚਾਹੁੰਦੇ ਹੋ ਤਾਂ ਕਿਆਨੋ ਲੈਥ ਬ੍ਰਿਜ ਅਬਾਓ ਵੈਲੀ ਨਾਰਕਵੈਸਟ ਇਨ੍ਹਾਂ ਕਾਲਜਸ 'ਚ ਤੁਸੀਂ ਅਪਲਾਈ ਕਰ ਸਕਦੇ ਹੋ ਸੋ 2-3 ਕਾਲਜਸ ਦੀ ਆਪਸ਼ਨ ਲੈ ਕੇ ਜ਼ਰੂਰ ਚੱਲੋ ਔਰ ਜਦੋਂ ਤੁਸੀਂ ਆਫਰ ਲੈਟਰ ਆਪਣੀ ਅਪਲਾਈ ਕਰ ਰਹੇ ਹੋ ਜਿਵੇਂ ਤੁਸੀਂ ਸਕਾਚੂਨ ਜਾਣਾ ਚਾਹੁੰਦੇ ਹੋ ਤਾਂ ਸਕਾਚੂਨ ਪੋਲੀਟੈਕਨਿਕ ਔਰ ਯੂਨੀਵਰਸਿਟੀ ਉਪਰ ਜਾਇਨਾ ਇਹ ਚ ਅਪਲਾਈ ਕਰੋ ਔਰ ਜਿਨੇ ਵੀ ਕਾਲਜਾਂ ਦੇ ਸਰ ਮੈਂ ਨਾਮ ਲੈ ਰਿਹਾ ਹਾਂ ਉਹ ਸਾਰੇ ਕਾਲਜਸ ਲੈਂਡਮਾਰਕ ਇਮੀਗ੍ਰੇਸ਼ਨ ਟਰੈਕਟ ਰਿਪ ਡਾਇਰੈਕਟ ਰਿਪਰੈਜ਼ੈਂਟ ਕਰਦੇ ਹੋ ਕੋਈ ਵੀ ਕਾਲਜ ਅਸੀਂ ਇਨਡਾਇਰੈਕਟ ਕਾਲਜ ਬਿਲਕੁਲ ਹੀ ਨਹੀਂ ਕਰਦੇ ਬਿਲਕੁਲ ਠੀਕ ਹੈ ਔਰ ਅਗਰ ਕੋਈ ਸਟੂਡੈਂਟ ਸਿਰਫ ਕੁਝ ਅਪਲਾਈ ਕਰਦੇ ਅੱਜ ਦੇ ਸਮੇਂ ਦੇ ਵਿੱਚ ਆਫਰ ਲੈਟਰ ਤੇ ਉਹਦੇ ਲਈ ਚੈਲੰਜ ਕਿਸ ਤਰ੍ਹਾਂ ਦਾ ਹੈ ਉਸੋ ਚੈਲੰਜ ਦਿੱਤਾ ਉਹ ਸੋਦਾ ਕਿ 2 ਮਹੀਨੇ ਆਫਰ ਲੈਟਰ ਜੇ ਨਹੀਂ ਆਂਦੀ ਹੈ ਉਹ ਫਿਰ ਇੱਕ ਹੋਰ ਕਾਲਜ ਦੀ ਆਫਰ ਲੈਟਰ 2 ਮਹੀਨੇ ਬਾਅਦ ਅਪਲਾਈ ਕਰਦਾ ਤਾਂ ਉਹ ਵੀ 2 ਮਹੀਨੇ ਲੈ ਲੈਂਦੀ ਹੈ ਉਹ ਚਾਰ ਮਹੀਨੇ ਸਟੂਡੈਂਟ ਦੇ ਇੱਕ ਬਹੁਤ ਇੰਪੋਰਟੈਂਟ ਸਮਾਂ ਹੈ ਜਿਹੜਾ ਉਹ ਖਰਾਬ ਹੋ ਜਾਂਦਾ ਉਹ ਉਸ ਸਮੇਂ ਦੇ ਅੰਦਰ ਉਹ ਆਪਣੇ ਆ ਫਾਈਲ ਪ੍ਰੋਸੀਡ ਕਰ ਸਕਦਾ ਸੀ ਅੱਗੇ ਜਾ ਸਕਦਾ ਸੀ ਸੋ ਉਹ ਸਾਰੀਆਂ ਚੀਜ਼ਾਂ ਉਹ ਮਿਸ ਕਰ ਦਿੰਦਾ ਜਿਹੜੇ ਕਾਲਜਸ ਤੁਹਾਡੇ ਕੋਲ ਡਾਇਰੈਕਟ ਹੈ ਜਿਵੇਂ ਤੁਸੀਂ ਸਰਕਾਰੀ ਕਾਲਜਸ ਦੀ ਗੱਲ ਕਰਦੇ ਹੋ ਹਰ ਆਫਰ ਲੈਟਰ ਦੀ ਫੀਸ ਸਟੂਡੈਂਟ ਨੂੰ ਦੇਣੀ ਪੈਗੀ ਫਿਰ ਕੁਝ ਕਾਲਜਸ ਤੇ ਵੇਵਰ ਹੈਗਾ ਜਿਵੇਂ ਲੈਂਪਟਨ ਕਾਲਜ ਤੇ ਵੇਵਰ ਹੈਗਾ ਨਾਇਗਰਾ ਕਾਲਜ ਤੇ ਵੇਵਰ ਹੈਗਾ ਯੂਨੀਵਰਸਿਟੀ ਕੈਨੇਡਾ ਵੈਸਟ ਤੇ ਵੇਵਰ ਹੈਗਾ ਤਰਿਬਾਸ ਕਾਲਜ ਤੇ ਵੇਵਰ ਹੈਗਾ ਸੋ ਕੁਝ ਕਾਲਜਸ ਤੇ ਵੇਵਰ ਹੈ ਜਿੰਨਾ ਚ ਵੇਵਰ ਹੈ ਵੇ ਪੇਗੀ ਔਰ ਮੈਂ ਫੇਰ ਯਾਦ ਲਨਣਾ ਚਾਹਨਾ ਸਟੂਡੈਂਟਸ ਨੂੰ ਕਿ ਐਸਡੀਐਸ ਕੇਸਿਸ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰ ਰਿਹਾ ਸਟੱਡੀ ਯੂਕੇ ਜਾਣਾ ਚਾਹੁੰਦੇ ਹੋ ਤਾਂ ਆਇਲਟਸ ਕੀਤੀ ਹੋਈ ਹੈ ਕੋਈ ਪ੍ਰੋਸੈਸਿੰਗ ਫੀਸ ਨਾ ਵੀਜ਼ਾ ਤੋਂ ਪਹਿਲਾਂ ਨਾ ਵੀਜ਼ਾ ਤੋਂ ਬਾਅਦ ਜਰਮਨੀ ਜਾਣਾ ਚਾਹੁੰਦੇ ਹੋ ਕੋਈ ਪ੍ਰੋਸੈਸਿੰਗ ਫੀਸ ਨਹੀਂ ਨਾ ਵੀਜ਼ਾ ਤੋਂ ਪਹਿਲਾਂ ਨਾ ਵੀਜ਼ਾ ਤੋਂ ਬਾਅਦ ਚਾਰਜ ਹੋ ਰਹੀ ਹੈ ਸੋ ਆਇਲਟਸ ਤੁਹਾਡੇ ਹੋਣੀ ਜ਼ਰੂਰੀ ਹੈ ਤਾਂ ਕੋਈ ਪ੍ਰੋਸੈਸਿੰਗ ਫੀਸ ਲੈਂਡਮਾਰਕ ਇਮੀਗ੍ਰੇਸ਼ਨ ਚਾਰਜ ਨਹੀਂ ਕਰ ਰਿਹਾ ਨਹੀਂ ਕਰਦਾ ਬਿਲਕੁਲ ਠੀਕ ਹੈ ਅੱਛਾ ਇੱਕ ਬੜਾ ਹੋਰ ਮੇਰੇ ਜ਼ਹਿਨ ਚ ਅੰਦਾਜ਼ਨ ਕਿੰਨਾ ਕੁ ਖਰਚਾ ਆ ਜਾਂਦਾ ਹੈ ਅਗਰ ਸਟੂਡੈਂਟਸ ਨੇ ਤਿੰਨ ਆਫਰ ਲੈਟਰ ਮੰਗਾਣੀਆਂ ਨੇ ਅਗਰ ਇੱਕ ਦੋ ਜਗ੍ਹਾ ਵੇਵਰ ਵੀ ਹੈ ਅਗਰ ਕਿਤੇ ਐਪਲੀਕੇਸ਼ਨ ਫੀਸ ਦੇ ਪੈਸੇ ਦੇਣੇ ਵੀ ਪੈ ਗਏ ਤੇ ਘੱਟੋ ਘੱਟ ਕਿੰਨਾ ਕੁ ਖਰਚਾ 15 ਤੋਂ 20 ਹਜ਼ਾਰ ਦਾ ਖਰਚਾ ਆ ਸਕਦਾ ਸਰ ਕਿਉਂਕਿ ਅੱਜ ਕੱਲ 6 6.5 ਹਜ਼ਾਰ ਰੁਪਏ ਇੱਕ ਆਫਰ ਲੈਟਰ ਤੇ ਲੱਗ ਰਿਹਾ ਸੋ 15 ਤੋਂ 20 ਹਜ਼ਾਰ ਰੁਪਏ ਦਾ ਖਰਚਾ ਆ ਸਕਦਾ ਪਰ ਮੈਨੂੰ ਲੱਗਦਾ ਕਿ ਜੇ 4 ਮਹੀਨੇ ਆਪਾਂ ਆਪਣੇ ਬਚਾਣਾ ਚਾਹੁੰਦੇ ਹਾਂ ਤਾਂ 15 ਤੋਂ 20 ਹਜ਼ਾਰ ਰੁਪਏ ਇਨਾ ਮੈਟਰ ਨਹੀਂ ਕਰਦਾ ਜੀ ਚਲੋ थैंक यू सो मच ਸੋ ਸਾਰੇ ਵਿਦਿਆਰਥੀ ਜਿਨ੍ਹਾਂ ਨੂੰ ਆਫਰ ਲੈਟਰ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਉਹ ਤਕਨੀਕੀ ਤੌਰ ਤੇ ਵੀ ਸਾਰੇ ਪਹਿਲੂ ਸਮਝ ਚੱਕਣਗੇ ਕਿ ਤਿੰਨ ਆਫਰ ਲੈਟਰ ਅੱਜ ਦੇ ਸਮੇਂ ਕਿਉਂ ਸੁਜੈਸਟ ਕੀਤੇ ਜਾ ਰਹੇ ਨੇ ਕਿ ਤੁਸੀਂ ਅਪਲਾਈ ਕਰੋ ਕਿਉਂਕਿ ਬਹੁਤ ਜ਼ਿਆਦਾ ਕ੍ਰਾਈਸਿਸ ਹੈ ਆਫਰ ਲੈਟਰਸ ਦਾ ਔਰ ਜ਼ਿਆਦਾ ਜਾਣਕਾਰੀ ਲਈ 90413 90412 ਤੇ ਸੰਪਰਕ ਕਰੋ WhatsApp ਕਰੋ ਆਪਣੀ ਪ੍ਰੋਫਾਈਲ 'ਤੇ ਜੋ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਤੁਸੀਂ ਕਾਲਜ ਚੂਜ਼ ਕਰੋ ਪਰਸਨਲੀ ਮਿਲਣਾ ਹੈ ਜਸਮੀਤ ਜੀ ਨੂੰ ਮਿਲੋ ਈਮੇਲ ਕਰਨੀ ਆ ਤੇ info@landmarkimmigration.com ਤੇ ਕਰੋ। ਥੈਂਕ ਯੂ so much ਜਸਮੀਤਾ ਧੰਨਵਾਦ।